नमस्ते, मैं पल्लवी कुमारी स्ट्रेट लाइन च तुसें सारे लोकें दा मता मता स्वागत करनी आं। कांग्रेस दे पूर्व प्रधान राहुल गांधी कई बार ऐसे ऐसे ट्वीट करी उड़दे ने, ऐसी ऐसी बयानबाजी देई उड़दे ने कि कांग्रेस दे अपने नेता लोग जेहड़े ने ओह भी सोचने पर मजबूर होई जांदे ने कि भाई ये कैली ट्वीट किया, केह सोचिए तुसें ट्वीट किया। कई बार उन्हें आपे कन्फ्यूजन हो जाती कि राहुल गांधी इयो ले ट्वीट आखिर कोदे ताई करदे ने ते कैली करदे ने। ते इस बार भी राहुल गांधी जेहड़े ने पूर्व प्रधान कांग्रेस दे ने, उन्हें यह ट्वीट किया इस बारी कि जेहड़ा एनआईए की जेहड़ा केस है सौंपी दिता गया, डीएसपी जेहड़ा फड़ोया हा, जम्मू पुलिस का जम्मू कश्मीर पुलिस का जेहड़े डीएसपी दविंदर सिंह वो जेहड़े फड़ोए हे दो आतंकवादियों कन्ने जिंदा नाँ हा नवेद बाबा ते कन्ने अल्ताफ ते कन्ने एक लॉयर भी हा, वह साउथ कश्मीर के कुलगाम च ये फड़ोए हे, उन्दे कन्ने अरैसट होए हे। तो उन्हें एदे उपर इस बार ट्वीट किया, ट्वीट च उन्हें आख्या कि जेहड़ा केस इस बार एनआईए दे चीफ वाईके मोदी की जेहड़ा एक केस सौंपी दिते दा, एक केस तां सौंपया गया ताकि जेहड़ा भी खुलासा ओहदे उपर होना हा वह नहीं होई सकदा, ताकि जेहड़ा दविंदर सिंह की कहानी है वह कहानी हुण अगे खत्म होई जाग। पर शायद राहुल गांधी की शायद ये अंदाजा नहीं है, शायद उन वह इस गल कोला बिल्कुल अनजान ने कि ਇਹ ਜਿਹੜਾ ਦਵਿੰਦਰ ਸਿੰਘ ਹੈ, ਜਿਹੜੇ ਡੀਐਸਪੀ ਦਵਿੰਦਰ ਸਿੰਘ ਹੈ, ਇਹ ਉਹਦੇ ਕਿ ਕਾਂਗਰਸ ਦੇ ਅੱਧਾ ਜਿਹੜਾ ਇਹਦਾ ਟੈਨਿਓਰ ਹਾ, ਇਹਦਾ ਜਿਹੜਾ ਇਹਦਾ ਡੀਐਸਪੀ ਦਾ ਅੱਧਾ ਟੈਨਿਓਰ ਹਾ ਉਹ ਕਾਂਗਰਸ ਦੇ ਟਾਈਮ ਦਾ ਗਿਆ, ਉਹਨੇ ਆਪਣਾ ਜਿਹੜਾ ਟੈਨਿਓਰ ਅੱਧਾ ਹਾ ਉਹ ਇੰਜੋਏ ਕਾਂਗਰਸ ਦੇ ਟਾਈਮ 'ਚ ਕੀਤਾ ਹਾ। ਅਤੇ ਉਹਨੇ ਕਿ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਅਗਰ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਸਹੀ ਤਰੀਕੇ ਕਰਨੀ ਹੋਊਗ, ਅਗਰ ਜਿਹੜੇ ਵਾਈਕੇ ਮੋਦੀ ਜਿਹਨੇ ਕਿ ਗੁਜਰਾਤ ਦੇ ਦੰਗੇ ਜਿਹੜੇ ਉਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ, ਕੰਨੇ ਕਿ ਜਿਹੜੇ ਹਰਨ ਪਾਂਡਿਆ ਉਹਦੀ ਹੱਤਿਆ ਦੇ ਮਾਮਲੇ 'ਚ ਵੀ ਇਹਨੇ ਇਨਵੈਸਟੀਗੇਸ਼ਨ ਕੀਤੀ, ਜੇਕਰ ਇਹ ਇਸ ਵਾਰ ਵੀ ਇਨਵੈਸਟੀਗੇਸ਼ਨ ਕਰਨਗੇ ਤਾਂ ਕੁਛ ਨਾਮ ਐਸੇ ਵੀ ਹੋ ਸਕਦਾ ਸਾਹਮਣੇ ਆਈ ਹਨ ਜਿਹੜੇ ਆਪਣੇ ਕਾਂਗਰਸ ਦੇ ਲੀਡਰਾਂ ਦੇ ਹੋਣ, ਕਾਂਗਰਸ ਦੇ ਆਪਣੇ ਪੋਲੀਟੀਸ਼ੀਅਨਸ ਦੇ ਨਾਂ ਵੀ ਸਾਹਮਣੇ ਆਈ ਸਕਦੇ ਹਨ, ਅਤੇ ਕਾਂਗਰਸ ਦੇ ਕੁਛ ਐਸੇ ਅਫਸਰ ਜਿਹੜੇ ਉਸ ਟਾਈਮ ਦੇ ਅਫਸਰ ਤਨਾਤ ਹੈ ਉਸ ਉਹਦੇ ਵੀ ਨਾਂ ਜਿਹੜੇ ਸਾਹਮਣੇ ਆਈ ਸਕਦੇ ਹਨ। ਅਤੇ ਸ਼ਾਇਦ ਰਾਹੁਲ ਗਾਂਧੀ ਜਿਹੜੇ ਉਹ ਮਤਲਬ ਆਪਣੇ ਕਿ ਜਿਹੜੇ ਬੜੇ ਸਾਰੇ ਲੀਡਰ ਨੇ ਜਿਹੜੇ ਕਾਂਗਰਸ ਦੇ ਉਹ ਇਹ ਪਰੇਸ਼ਾਨ ਹੋਈ ਗਏ ਕਿ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਉਹ ਆਖਿਰ ਕੀ ਇਸ ਤਰੀਕੇ ਦੇ ਬਿਆਨਬਾਜ਼ੀ ਕਰੀ ਉੜਦੇ ਨੇ, ਕੈਲੀ ਹੀ ਉਹਨੇ ਟਵੀਟ ਕਰੀ ਉੜਦੇ ਨੇ, ਸ਼ਾਇਦ ਉਹ ਬਿਨਾਂ ਸੋਚੇ ਦੇ ਟਵੀਟ ਕਰੀ ਉੜਦੇ ਨੇ, ਪਤਾ ਨਹੀਂ ਕਿਹ ਸੋਚੀ ਉਹ ਟਵੀਟ ਕਰਦੇ ਨੇ। ਅਤੇ ਹੁਣ ਜਿਹੜਾ ਟਵੀਟ ਕੀਤੇ ਦਾ ਉਹ ਵੀ ਇੱਕ ਤਰੀਕੇ ਦੀ ਬੜੇ ਸਾਰੇ ਜਿਹੜੇ ਕਾਂਗਰਸ ਦੇ ਨੇਤਾ ਲੋਕ ਨੇ ਉਹ ਜਿਹੜੇ ਸਾਡੇ ਕਨੇ ਗੱਲ ਕਰਦੇ ਨੇ ਦਬੀ ਆਵਾਜ਼ 'ਚ ਹੀ ਆਖਦੇ ਨੇ ਕਿ ਬਈ ਜਿਹੜੇ ਕਾਂਗਰਸ ਦੇ ਸਾਡੇ ਰਾਹੁਲ ਗਾਂਧੀ ਨੇ ਉਹ ਕਈ ਵਾਰ ਐਸੇ ਟਵੀਟ ਕਰੀ ਉੜਦੇ ਨੇ ਕਿ ਅਸੀਂ ਵੀ ਮੁਸ਼ਕਿਲ 'ਚ ਪਾਈ ਉੜਦੇ ਨੇ। ਅਤੇ ਇਸ ਵਾਰ ਵੀ ਉਹ ਇਹਦਾ ਇਹ ਆਖਣਾ ਕਿ ਜਿਹੜੇ ਰਾਹੁਲ ਗਾਂਧੀ ਨੇ ਟਵੀਟ ਕੀਤੇ ਦਾ, ਟਵੀਟ ਕਰਨ ਦੇ ਬਾਅਦ ਜਿਹੜੀ ਸਾਡੀ ਪੋਜੀਸ਼ਨ ਕਈ ਵਾਰ ਜਿਹੜੀ ਉੱਪਰ ਆਉਂਦੀ ਵੀ ਹੈ, ਉਹ ਪੋਜੀਸ਼ਨ ਆਉਣ ਦੇ ਬਾਅਦ ਵੀ ਅਸੀਂ ਦੁਬਾਰਾ ਉਸੇ ਗੱਡੇ 'ਚ ਜਿਹੜੇ ਡਿੱਗੀ ਪਾਉਂਦੇ ਹਾਂ, ਅਸੀਂ ਦੁਬਾਰਾ ਉਸ ਗੱਡੇ 'ਚ ਚਲੀ ਆਉਂਦੇ ਹਾਂ ਜਿਸ ਗੱਡੇ 'ਚੋਂ ਇਹ ਵਾਪਸ ਇੱਕ ਤਰੀਕੇ ਦਾ ਪੇਦੇ ਹੁੰਦੇ ਸੀ ਪਹਿਲੇ। ਅਤੇ ਉਹ ਪੋਜੀਸ਼ਨ ਜਿਹੜੀ ਹੈ ਸਾਡੇ ਕਦੇ ਵੀ ਠੀਕ ਨਹੀਂ ਹੋਈ ਸਕਦੀ ਜਿਸ ਵੇਲੇ ਤੱਕ ਰਾਹੁਲ ਗਾਂਧੀ ਜਿਹੜੇ ਨੇ ਉਹ ਬਿਆਨਬਾਜ਼ੀ ਉਹ ਲਈ ਕਰਨਾ ਬੰਦ ਨਹੀਂ ਕਰਦੇ।